ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਕਪੂਰਥਲਾ ਜ਼ਿਲ੍ਹੇ ਅਧੀਨ ਪੈਂਦੀਆਂ 5 ਬਲਾਕ ਸੰਮਤੀਆਂ ਵਿੱਚੋਂ 5 ਤੇ ਜ਼ਿਲ੍ਹਾ ਪ੍ਰੀਸ਼ਦ ਦੇ 1 ਉਮੀਦਵਾਰ ਦੇ ਕਾਗਜ਼ ਪੜਤਾਲ ਦੌਰਾਨ ਰੱਦ ਕੀਤੇ ਗਏ ਨੇ। ਜ਼ਿਲ੍ਹਾ ਪ੍ਰੀਸ਼ਦ ਦੇ ਭਰਵਾਣਾ ਜ਼ੋਨ ਨੰਬਰ 6 ਤੋਂ ਅਕਾਲੀ ਬਾਦਲ ਦੇ ਉਮੀਦਵਾਰ ਕੁਲਦੀਪ ਸਿੰਘ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਕਾਗਜ਼ ਸਿਆਸੀ ਰੰਜਿਸ਼ ਕਾਰਨ ਰੱਦ ਕੀਤੇ ਗਏ ਨੇ। ਇਸ ਮੌਕੇ ਕੁਲਦੀਪ ਸਿੰਘ ਅਤੇ ਉਸਦੇ ਵਕੀਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ BDPO ਸੁਲਤਾਨਪੁਰ ਲੋਧੀ ਵੱਲੋਂ ਉਮੀਦਵਾਰ ਕੁਲਦੀਪ ਸਿੰਘ ਨੂੰ ਨੋ ਡਿਊਜ਼ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਅਤੇ ਹੁਣ ਅਫਸਰ ਬਕਾਇਆ ਹੋਣ ਦੀ ਗੱਲ ਕਰ ਰਹੇ ਨੇ। ਕੁਲਦੀਪ ਸਿੰਘ ਨੇ ਮੰਗ ਕੀਤੀ ਕਿ ਉਸਦੇ ਜਲਦ ਕਾਗਜ਼ ਲਏ ਜਾਣ। ਨੋਮੀਨੇਸ਼ਨ ਪੇਪਰਾਂ ਬਾਰੇ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਸੀ। ਹੁਣ ਸਾਨੂੰ ਪਤਾ ਲੱਗਿਆ ਕਿ ਮਹਿਕਮੇ ਵੱਲੋਂ ਕੋਈ ਇਤਰਾਜ਼ ਆਇਆ ਕਿ ਜਦ ਕੋਈ ਬਕਾਇਆ ਉਸੇ BDPO ਸਾਹਿਬ ਨੇ ਸਾਨੂੰ ਨੋ ਡਿਊ ਸਰਟੀਫਿਕੇਟ ਜਾਰੀ ਕੀਤਾ ਜਿਹੜਾ ਹਾਲੇ ਤੱਕ ਕੈਂਸਲ ਨਹੀਂ ਹੋਇਆ। ਉਸ ਨੋ ਡਿਊ ਸਰਟੀਫਿਕੇਟ ਦੇ ਮੁਤਾਬਕ ਜੇ ਕੋਈ ਬਕਾਇਆ ਨਹੀਂ ਸੀ ਅਤੇ ਉਹਦਾ ਵੀ ਕੋਈ ਬਕਾਇਆ ਨਹੀਂ। ਗਲਤ ਤੌਰ 'ਤੇ ਧੱਕੇ ਨਾਲ ਇਹਨੂੰ ਇਹਦੇ ਪੇਪਰ ਡਿਰੈਕਟ ਕੀਤੇ ਆ, ਜੋ ਬਹੁਤ ਧੱਕਾ ਕੀਤਾ। ਸਿਆਸੀ ਰਾਜਨੀਤੀ ਨਾਲ ਤੁਹਾਨੂੰ ਲੱਗਦਾ ਸਿਆਸੀ ਰਾਜਨੀਤੀ ਹਾਂ ਇਹਨੂੰ ਸਿਆਸੀ ਜਗ੍ਹਾ ਫੈਲਦੇ ਉਹਨਾਂ ਦੇ ਕੋਲੋਂ BDPO ਕੋਲ ADPO ਕੋਲੋਂ ADC ਕੋਲੋਂ ਗਲਤ ਫੈਸਲਾ ਕਰਾਇਆ ਗਿਆ ਔਰ ਬਾਪਾ ਦੇ ਕਰਾਇਆ। ਮੇਰਾ ਭਰਵਾਣਾ ਜ਼ੋਨ ਆ, ਜ਼ੋਨ ਨੰਬਰ 6 ਜਿਹਦਾ ਕਿ ਮੈਂ ਮੇਨ ਉਮੀਦਵਾਰ ਜ਼ੋਨ ਭਰਵਾਣਾ ਨੰਬਰ 6 ਤੋਂ। ਮੇਰੇ ਜਦੋਂ ਮੈਂ NOC ਲਿਆ ਪਹਿਲਾਂ ਮੈਨੂੰ ਮਹਿਕਮੇ ਨੇ BDPO ਸੁਲਤਾਨਪੁਰ ਲੋਧੀ ਨੇ NOC ਜਾਰੀ ਕਰ ਦਿੱਤਾ। ਫਿਰ ਅੱਜ ਕੱਲ੍ਹ ਹੀ ਇਹਨੇ ਕੋਈ ਰਿਪੋਰਟ ਮਤਲਬ ਕੀਤੀ ਆ ਵੀ ਇਹਦੇ ਵੱਲ ਕੋਈ ਬਕਾਇਆ ਵਾ। ਕੋਈ ਮੈਨੂੰ ਨੋਟਿਸ ਨਹੀਂ ਦਿੱਤਾ ਗਿਆ ਕਿ ਉਸ ਬਕਾਇਆ ਦਾ 11,000 ਦਾ ਜ਼ਿਕਰ ਆ, ਨਾ ਕਿਤੇ 11,000 ਦੇ ਨੋਟਿਸ ਦਾ ਮੇਰੇ ਕੋਲ ਕੋਈ ਜ਼ਿਕਰ ਆ, ਨਾ ਮੈਂ ਕਿਤੇ ਰਸੀਵ ਕੀਤਾ। ਬਿਲਕੁਲ ਮੇਰੇ ਨਾਲ ਸਿਆਸੀ ਧੱਕਾ ਕੀਤਾ ਗਿਆ ਇਹਨਾਂ ਨੇ। ਇਹ ਸਿਰਫ ADC ਸਾਹਿਬ ਅਤੇ BDO ਅਤੇ DDPO ਸਾਹਿਬ 'ਤੇ ਪੂਰਾ ਪ੍ਰੈਸ਼ਰ ਪਾ ਕੇ ਇਸ ਲਈ ਕਰਕੇ ਸਿਆਸੀ ਦਬਾਅ ਨਾਲ ਮੇਰੇ ਪੇਪਰ ਰਿਜੈਕਟ ਕੀਤੇ ਗਿਆ, ਜਿਨ੍ਹਾਂ 'ਚ ਬਿਲਕੁਲ ਕੋਈ ਸਚਾਈ ਨਹੀਂ। ਕੀ ਮੰਗ ਕਰਦੇ ਹੋ ਤੁਸੀਂ ਇਲੈਕਸ਼ਨ ਕਮਿਸ਼ਨ ਤੋਂ? ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਮੇਰੇ ਪੇਪਰ ਸੈੱਟ ਕੀਤੇ ਜਾਣੇ ਚਾਹੀਦੇ ਕਿ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ, ਜਿਹੜੇ ਅਫਸਰ ਨੇ ਪਹਿਲਾਂ ਨੋ ਡਿਊ ਸਰਟੀਫਿਕੇਟ ਜਾਰੀ ਕੀਤਾ ਉਹਦੇ ਖਿਲਾਫ਼ ਜਿੰਨੀ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ। ਅਤੇ ਆਈਂਦਾ ਭਵਿੱਖ 'ਚ ਇੱਦਾਂ ਕਦੇ ਨਾ ਕਿਸੇ ਨੂੰ ਪਰੇਸ਼ਾਨ ਕੀਤਾ ਜਾਵੇ। ਬਸ ਮੇਰੀ ਇਹੀ ਮੰਗ ਆ ਜੀ, ਮੇਰੇ ਪੇਪਰ ਸੈੱਟ ਕੀਤੇ ਜਾਣ। ਅੱਜ 10 ਤਰੀਕ ਦਿਨ ਸੋਮਵਾਰ ਸਵੇਰੇ 11 ਵਜੇ ਜਿਹੜੇ ਨਾਮਜ਼ਦਗੀ ਪੱਤਰ ਸੀ ਉਹਨਾਂ ਪੜਤਾਲ ਕੀਤੀ ਗਈ, ਜੋ ਕਿ ਮੇਰੇ ਕੋਰਟ ਰੂਮ ਦੇ ਵਿੱਚ ਕੀਤੀ ਗਈ। ਅਤੇ ਸਾਡੇ ਕੋਲ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ 10 ਜ਼ੋਨ ਨੇ, ਇਹਨਾਂ ਦੇ 39 ਨੋਮੀਨੇਸ਼ਨ ਪੇਪਰ ਜਿਹੜੇ ਸੀ ਉਹ ਕੁੱਲ ਪ੍ਰਾਪਤ ਹੋਏ ਸਨ। ਅਤੇ ਪੜਤਾਲ ਉਪਰੰਤ ਜਿਹੜਾ 38 ਨੋਮੀਨੇਸ਼ਨ ਪੇਪਰ ਜਿਹੜੇ ਨੇ ਉਹ ਠੀਕ ਪਾਏ ਗਏ ਅਤੇ ਉਹ ਮਨਜ਼ੂਰ ਕੀਤੇ ਗਏ ਨੇ। ਅਤੇ ਇੱਕ ਜਿਹੜਾ ਨੋਮੀਨੇਸ਼ਨ ਪੇਪਰ ਜ਼ੋਨ ਨੰਬਰ 6 ਪਰਵਾਣਾ SC ਤੋਂ ਜੋ ਕਿ ਸੀਟ ਹੈ ਅਤੇ ਜਿਹੜਾ ਰਿਜੈਕਟ ਹੋਇਆ, ਅਤੇ ਉਹਦਾ ਕਾਰਨ ਹੈ ਕਿ ਜਿਹੜੀ BDO ਵੱਲੋਂ ਜਿਹੜੀ NOC ਹੈ, ਜੋ ਨੋ ਡਿਊ ਸਰਟੀਫਿਕੇਟ ਹੈ, ਉਹ ਰਿਮੂਵ ਕੀਤਾ ਗਿਆ। ਕਹਿਣ ਦਾ ਭਾਵ ਹੈ ਵਾਪਸ ਕੀਤਾ ਗਿਆ, ਕਿਉਂਕਿ ਉਮੀਦਵਾਰ ਦੇ ਵਿਰੁੱਧ ਜਿਹੜੀ ਉਸ ਸਟੈਂਡਿੰਗ ਸੀ ਉਹ ਪਾਈ ਗਈ।